ਉਹ ਯਾਰ ਜਿਹੜਾ ਤੂੰ ਕਰਨਾ ਆ ਤੂੰ ਗਰੋਲੀਆਂ ਮਰਾਉਣੀਆਂ ਮਰਾ ਲਈ ਯਾਰ ਤੂੰ ਹਰਿੰਦਰ ਦੇ ਮਰਾਲੀ ਮੇਰੇ ਮਰਾਲੀ ਜਿਹੜੀਆਂ ਮਰਾਉਣੀਆਂ ਮਰਾ ਲਈ ਘੰਟੇ ਠੰਡੇ ਜੇ ਪੰਗਾ ਲਊਗਾ ਉਹਨੂੰ ਘੇਰਾਂਗੇ ਮਰਾਲੀ ਗੋਲੀਆਂ ਫਿਰ ਤੂੰ ਆਖਣਾ ਮੈਂ ਹਰਿੰਦਰ ਦੇ ਗੋਲੀਆਂ ਮਰਾਊਂਗਾ ਤੂੰ ਆਪਣੀ ਬਦਮਾਸ਼ੀ ਜਾਣ ਡੈ ਪਿਆ ਹਰਿੰਦਰ ਦੇ ਗੋਲੀਆਂ ਕਿਉਂ ਮਰਾਏਗਾ ਜੋ ਕੋਈ ਪੰਗਾ ਲਊਗਾ ਖੇਤੀਬਾੜੀ ਕੰਮ ਦੇ ਨਾਲ ਕਬੱਡੀ ਖੇਡ ਰਹੀ ਹਾਂ ਸਰ ਮੈਂ ਤੇ ਸਾਲਾ ਮੇਰਾ ਗਿਆ ਦਵਾਈ ਲੈਣ ਤੇ ਜਦੋਂ ਉੱਥੇ ਆ ਕੇ ਪਹੁੰਚਿਆ ਤੇ ਕੁਝ ਬੰਦੇ ਵਿਅਕਤੀ ਮੇਰਾ ਟਰੈਕਟਰ ਖੜਨ ਡਿਆ ਸੀ ਤੇ ਜਦੋਂ ਇਹਨਾਂ ਨੂੰ ਮੈਂ ਬੋੜੀ ਸਾਹਿਬ ਗੁਰਦੁਆਰਾ ਲੱਗ ਕੇ ਡੱਗਿਆ ਕਿ ਮੇਰਾ ਟਰੈਕਟਰ ਕਿਉਂ ਖੜਨ ਡਿਆ ਜੋ ਤੇ ਸਰ ਉਹਨਾਂ ਮੇਰੇ ਤੇ ਹਵਾਈ ਫੈਰ ਕਰਨੇ ਸ਼ੁਰੂ ਕਰਤੇ ਤਿੰਨ ਗੱਡੀਆਂ ਸਰ ਇੱਕ ਬਲੇਨੋ ਨਵਾਂ ਗਰੀਟਾ ਤੇ ਇੱਕ ਸਿਆਜ ਜੀ ਤੇ ਉਹ ਤੋਂ ਬਾਅਦ ਸਰ ਘੱਟੋ ਘੱਟ 20-25 ਫੈਰ ਹੋਏ ਮੇਰੇ ਮਗਰ ਤੇ 2-3 ਫੈਰ ਹੋਏ ਆ ਤੇ ਜਦੋਂ ਮੈਂ ਭੱਜ ਗਿਆ ਉੱਥੋਂ ਟਰੈਕਟਰ ਛੱਡ ਕੇ ਇਹਨਾਂ ਦਾ ਬਚਾਅ ਗਿਆ ਟਰੈਕਟਰ ਦੇ ਸਾਰੇ ਵੱਜੇ ਇੱਕ ਪੈਰ ਤੇ ਲੱਗ ਕੇ ਲੰਘਿਆ ਵਾ ਤੇ ਇੱਕ ਹੱਥ ਦੇ ਲੰਘਿਆ ਲੱਗ ਕੇ ਤੇ ਪੁਲਿਸ ਨੇ ਮੌਕੇ 'ਤੇ ਆ ਕੇ 10-15 ਕਾਲ ਵੀ ਬਰਾਮਦ ਕੀਤੇ ਹਾਂਜੀ ਸਰ ਪਛਾਣ ਦੇ ਬੰਦੇ 4 ਬੰਦਿਆਂ ਨਾਮ ਬਾਈ ਨੇ ਮੈਂ ਸਰ 2 ਦਾ ਹੁਣ ਕਨਫਰਮ ਹੋਣ ਡਿਆ ਅਤੇ ਇੱਕ ਸਰ ਆਪਾਂ ਨੂੰ ਵਟਸਐਪ ਕਾਲ 'ਤੇ ਧਮਕੀ ਵੀ ਆਈ ਆ ਜਗਰੂਪ ਸਿੰਘ ਵੱਲੋਂ ਅਤੇ ਦੌਲਾ ਪੁੱਚਰ ਉਹ ਦੌਲਾ ਪੁੱਚਰ ਗੈਂਗਸਟਰ ਹੈ ਜੀ ਜੇਲ੍ਹ ਦੇ ਵਿੱਚ ਆ ਗੋਲਵਾਲ ਸਾਹਿਬ ਧਮਕੀ ਦਿੱਤੀ ਹੈ ਕਿ ਤੇਰੇ ਸਾਲੇ ਹਰਿੰਦਰ ਦੇ ਅਤੇ ਤੇਰੇ ਗੋਲੀਆਂ ਮਰਾਉਣੀਆਂ ਉਸ ਤੋਂ ਬਾਅਦ ਹੀ ਇੱਕ ਸਾਡਾ ਨਾਲ ਮੁੰਡਾ ਸੀ ਗਵਾਂਢੀ ਉਹ ਆਇਆ ਸੀ ਉਹਤੇ ਵੀ ਉਹਨਾਂ ਵਾਈ ਫਾਇਰ ਮਾਰੇ ਆ ਵੀ ਜਾਣੀ ਉਹਦੇ ਮਗਰ ਫਾਇਰ ਮਾਰੇ ਆ ਵੱਜਾ ਨਹੀਂ ਹੋਈ ਸਰ ਕਾਰਨ ਇਹ ਕੁਝ ਤਾਂ ਸਾਲੇ ਮੇਰੇ ਲਵ ਮੈਰਿਜ ਕਰਾਈ ਉਹ ਕਾਰਨ ਆ ਅਤੇ ਕੋਈ ਸਾਰਿਆਂ ਨਾਲ ਕੋਈ 2-4 ਦਿਨ ਪਹਿਲਾਂ ਝਗੜਾ ਆਇਆ ਪੰਜ ਵਾਰ ਦੇ ਮੁੰਡੇ ਨਾਲ ਰਲ ਕੇ ਅਤੇ ਇਹਨਾਂ ਦੋਵਾਂ ਪਾਰਟੀ ਨੇ ਕੀਤਾ ਜੀ ਉਹ ਬਲਬੀਰ ਸਿੰਘ ਬੱਲਾ ਜਿਹੜਾ ਇੱਕ ਸਾਬਕਾ ਕਬੱਡੀ ਖਿਡਾਰੀ ਆ ਖੇਤੀਬਾੜੀ ਕਰਦਾ ਤਾਂ ਉਹਦਾ ਕਿਸੇ ਨਾਲ ਕੋਈ ਤਕਰਾਰ ਸੀ ਉਹਦੇ ਸੰਬੰਧ ਵਿੱਚ ਇੱਕ ਦਿਨ ਇਹਨਾਂ ਦਾ ਆਪਸ ਵਿੱਚ ਗੋਲੀ ਚੱਲੀ ਉਹਦੇ 'ਤੇ ਅਤੇ ਟਰੈਕਟਰ ਜਿਹੜਾ ਖੁੰਡ ਖੋਇਆ ਅਤੇ ਉਸ ਤੋਂ ਗੋਲੀ ਚੱਲੀ ਹੈ ਸਰ ਮੇਰਾ ਨਾਮ ਬਲਵੀਰ ਸਿੰਘ ਆ ਮੈਂ ਖੇਤੀਬਾੜੀ ਕੰਮ ਕਰਦਾ ਨਾਲ ਕਬੱਡੀ ਖਿਡਾਰੀ ਹਾਂ ਅਤੇ 2013 'ਚ ਏਸ਼ੀਆ ਗੋਲਡ ਮੈਡਲ ਰਿਹਾ ਹਾਂ ਕਰਾਟੇ 'ਚੋਂ ਸਰ ਮੈਂ ਤਾਂ ਸਾਲਾ ਮੇਰਾ ਗਿਆ ਦਵਾਈ ਲੈਣ ਅਤੇ ਇਹ ਮੈਂ ਮੈਡੀਕਲ ਸਟੋਰ 'ਤੇ ਜਾ ਕੇ ਅਤੇ ਟਰੈਕਟਰ ਦਾ ਫਿਲਟਰ ਸਾਫ਼ ਕਰਵਾਉਣ ਡਿਆ ਪਿਆ ਸੀ ਉੱਥੇ ਦੇ ਬੰਦੇ ਗੱਲ ਪੈ ਗਏ ਅਤੇ ਜਦੋਂ ਇਹਨੇ ਮੈਨੂੰ ਫੋਨ ਮਾਰਿਆ ਅਤੇ ਮੇਰੇ ਅੱਧੀ ਡ੍ਰਿਪ ਲੱਗੀ ਅੱਧੀ ਨਹੀਂ ਲੱਗੀ ਅਤੇ ਮੈਂ ਉੱਦਾਂ ਹੀ ਆ ਗਿਆ ਵਾਪਸ ਅਤੇ ਜਦੋਂ ਉੱਥੇ ਆ ਕੇ ਪਹੁੰਚਿਆ ਅਤੇ ਕੁਝ ਬੰਦੇ ਵਿਅਕਤੀ ਮੇਰਾ ਟਰੈਕਟਰ ਖੜਨ ਡਿਆ ਸੀ ਅਤੇ ਜਦੋਂ ਇਹਨਾਂ ਨੂੰ ਮੈਂ ਬੋੜੀ ਸਾਹਿਬ ਗੁਰਦੁਆਰਾ ਲੱਗ ਕੇ ਡੱਗਿਆ ਕਿ ਮੇਰਾ ਟਰੈਕਟਰ ਕਿਉਂ ਖੜਨ ਡਿਆ ਜੋ ਅਤੇ ਸਰ ਉਹਨਾਂ ਮੇਰੇ 'ਤੇ ਹਵਾਈ ਫਾਇਰ ਕਰਨੇ ਸ਼ੁਰੂ ਕਰਤੇ 3 ਗੱਡੀਆਂ ਸਰ ਆਏ ਕਿ ਬਲੇਨੋ ਨਵਾਂ ਗਰੀਟਾ ਅਤੇ ਇੱਕ ਸਿਆਜ ਜੀ ਅਤੇ ਉਹ ਤੋਂ ਬਾਅਦ ਸਰ ਘੱਟੋ ਘੱਟ 20-25 ਫਾਇਰ ਹੋਏ ਅਤੇ ਪੁਲਿਸ ਨੇ ਮੌਕੇ 'ਤੇ ਆ ਕੇ 10-15 ਕਾਲ ਵੀ ਬਰਾਮਦ ਕੀਤੇ ਅਤੇ ਸਰ ਉਹਨਾਂ ਐਫ ਆਰ ਦਰਜ ਕਰਤੀ ਹੈ ਪਰ ਬੰਦਾ ਅਜੇ ਤੱਕ ਕੋਈ ਅਰੈਸਟ ਨਹੀਂ ਕੀਤਾ ਹਾਂਜੀ ਸਰ ਪਛਾਣ ਦੇ ਬੰਦੇ 4 ਬੰਦਿਆਂ ਨਾਮ ਬਾਈ ਨੇ ਮੈਂ ਸਰ 2 ਦਾ ਹੁਣ ਕਨਫਰਮ ਹੋਣ ਡਿਆ ਅਤੇ ਇੱਕ ਸਰ ਆਪਾਂ ਨੂੰ ਵਟਸਐਪ ਕਾਲ 'ਤੇ ਧਮਕੀ ਵੀ ਆਈ ਆ ਜਗਰੂਪ ਸਿੰਘ ਵੱਲੋਂ ਅਤੇ ਦੌਲਾ ਪੁੱਚਰ ਉਹ ਦੌਲਾ ਪੁੱਚਰ ਗੈਂਗਸਟਰ ਹੈ ਜੀ ਜੇਲ੍ਹ ਦੇ ਵਿੱਚ ਆ ਗੋਲਵਾਲ ਸਾਹਿਬ ਧਮਕੀ ਦਿੱਤੀ ਹੈ ਕਿ ਤੇਰੇ ਸਾਲੇ ਹਰਿੰਦਰ ਦੇ ਅਤੇ ਤੇਰੇ ਗੋਲੀਆਂ ਮਰਾਉਣੀਆਂ ਉਹਦੀ ਆਪਣੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਜੀ ਆਈਡੀਓ ਹਾਂਜੀ ਅਸੀਂ ਮੰਗ ਕਰਨਾ ਚਾਹੁੰਦੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਸਰ ਕਾਰਨ ਇਹ ਕੁਝ ਤਾਂ ਸਾਲੇ ਮੇਰੇ ਲਵ ਮੈਰਿਜ ਕਰਾਈ ਉਹ ਕਾਰਨ ਆ ਅਤੇ ਕੋਈ ਸਾਰਿਆਂ ਨਾਲ ਕੋਈ 2-4 ਦਿਨ ਪਹਿਲਾਂ ਝਗੜਾ ਆਇਆ ਪੰਜ ਵਾਰ ਦੇ ਮੁੰਡੇ ਨਾਲ ਰਲ ਕੇ ਅਤੇ ਇਹਨਾਂ ਦੋਵਾਂ ਪਾਰਟੀ ਨੇ ਕੀਤਾ ਜੀ ਉਹ ਸਰ ਮੇਰਾ ਟਰੈਕਟਰ ਜੋ ਖੜਨ ਡਿਆ ਸੀ ਪਹਿਲਾਂ ਮੇਰੇ ਪਰਚਾ ਮੇਰੇ 'ਤੇ ਝੂਠਾ ਮੇਰੇ 'ਤੇ ਮੇਰੀ ਵਾਈਫ 'ਤੇ ਕਰਾਇਆ ਇਹਨਾਂ ਅਤੇ ਸਰ ਬਾਅਦ ਟੋਰਚਰ ਤਾਂ ਕੀਤਾ ਕਿ ਜੋ ਸਪੋਰਟ ਕਰਦਾ ਇਹ ਕਰਦਾ ਇਹਨੂੰ ਅਤੇ ਹੁਣ ਮੇਰੇ 'ਤੇ ਜੋ ਟਰੈਕਟਰ ਡੱਕਿਆ ਤਾਂ ਵੀ ਮੇਰੇ 'ਤੇ ਫੋਰਿੰਗ ਕੀਤੀ ਕਿ ਤੂੰ ਟਰੈਕਟਰ ਕਿਉਂ ਲੈਣਾ ਹੈ ਇਹ ਸਰ ਕੁਝ ਮੁੰਡੇ ਆ ਅਣਪਛਾਤੇ ਆ ਅਤੇ 4-5 ਜਣੇ ਅਸੀਂ ਪਛਾਣੇ ਆ ਠੀਕ ਆ ਉਹ ਆ ਪੰਜ ਵੜਦੇ ਆ ਕੁਝ ਆ ਸੁਲਤਾਨਪੁਰ ਲੋਧੀ ਦੇ ਅਤੇ ਇੱਕ ਵਿਅਕਤੀ ਦੀ ਕੌਲ ਆਈ ਆ ਰਾਤ ਭਾਅ ਜੀ ਨੂੰ ਕੁਝ 10 ਵਜੇ ਦੇ ਕਰੀਬ ਉਹਨਾਂ ਧਮਕੀਆਂ ਦਿੱਤੀਆਂ ਉਹ ਮੁੰਡਾ ਵਾ ਗੋਂਦਵਾਲ ਜੇਲ੍ਹ 'ਚ ਦੌਲਾ ਪੁੱਚਰ ਵਾਲਾ ਅਤੇ ਉਹਨਾਂ ਦੇ ਥਰੂ ਸਾਨੂੰ ਇਹ ਪਤਾ ਲੱਗਾ ਵਾ ਵੀ ਇਹ ਜੋ ਕਰਵਾਉਂਦੇ ਆ ਜਗਰੂਪ ਨਹੀਂ ਕਰਵਾਉਂਦੇ ਜਗਰੂਪ ਕੱਦ ਗਿੱਲ ਆ ਮੇਰੀ ਇਹ ਮਾਸੀ ਸੱਸ ਦਾ ਮੁੰਡਾ ਹਾਂਜੀ ਕੁਝ 15 ਤੋਂ ਪਲੱਸ ਆ 15-20 ਜਣੇ ਮੇਰੇ ਮਗਰ ਤਾਂ 2-3 ਫਾਇਰ ਹੋਏ ਆ ਅਤੇ ਜਦੋਂ ਮੈਂ ਭੱਜ ਗਿਆ ਉੱਥੋਂ ਟਰੈਕਟਰ ਛੱਡ ਕੇ ਮੈਂ ਭਾਅ ਜੀ ਉਹਨਾਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਮੁੰਡੇ ਮੇਰੇ ਗਲ ਪੈਣ ਲੱਗੇ ਮੈਂ ਭੱਜ ਗਿਆ ਮੇਰਾ ਬਚਾਅ ਆ ਗਿਆ ਵਾ ਤੁਸੀਂ ਆਪਦਾ ਆਸਾ ਪਾਸਾ ਕਰ ਲਿਓ ਭਾਅ ਜੀ ਹੁਣੀ ਘਰ ਨੂੰ ਆਉਂਦੇ ਸੀ ਅਤੇ ਇਹਨਾਂ ਵੇਖਿਆ ਵੀ ਜਦੋਂ ਮੇਰਾ ਟਰੈਕਟਰ ਲੈ ਗਏ ਉੱਥੋਂ ਇਹਨਾਂ ਡੱਕਿਆ ਵਾ ਇਹਨਾਂ ਦੇ ਮੁੜ ਕੇ ਭਾਅ ਫਾਇਰ ਮਾਰੇ ਆ ਇਹਨਾਂ ਦਾ ਬਚਾਅ ਗਿਆ ਟਰੈਕਟਰ ਦੇ ਸਾਰੇ ਵੱਜੇ ਇੱਕ ਪੈਰ 'ਤੇ ਲੱਗ ਕੇ ਲੰਘਿਆ ਵਾ ਅਤੇ ਇੱਕ ਹੱਥ ਦੇ ਲੰਘਿਆ ਲੱਗ ਕੇ ਹਾਂਜੀ
उस तो बाद एक सा मुंडा है गुआढ़ी वो आया ही उत्ते भी उन्हें भाई फायर मारे भी जानी वे मगर फायर मारे वजह नहीं हुई मंग यही करते हैं भी दोषियों सज़ा मिले जल्द तो जल्द फटे जाने बलबीर सिंह बल्ला जिहड़ा साबका कबड्डी खिलाड़ी है पहला गेम करता रहा हूँ तो नहीं करता हूँ तो अपना काम काज करता है खेती बाड़ी करता तो वह किसी कोई तकरार सी संबंध में एक दिन इन्हों का आपस में गोली चली वो ट्रैक्टर खोया तो उस तो गोली चली है उत उस मुताबिक जरा दोषियों के खिलाफ मुकदमा दर्ज कर दिता तो तफ्तीश जारी है जल्दी ही दोषी जोड़े सलाखों के पिछे होने गए वो चार दोषी नामजद किए अपने किए हुए बाई नेम किए बाकी कुछ अणपछाते व्यक्ति उन्होंने खिलाफ मुकदमा दर्ज किया गया।